ਅਸਲਾਮੁ ਅਲੈਕਮ ਜਨਾਬ। ਅੱਜ ਅਸੀਂ ਲਓ ਜੀ ਆਹ ਵੇਖੋ ਮੰਜੀ ਦੇ ਵਿੱਚ ਡਿੱਗਿਆ ਪਿਆ। ਉਹ ਕਿਧਰੇ 500 ਰੁਪਈਆ ਤਾਂ ਨਹੀਂ ਮੰਡੀ 'ਚ ਦੇ ਆਇਆ? 500 ਰੁਪਈਆ ਤਾਂ ਨਹੀਂ ਕਿਧਰੇ ਮੰਡੀ ਦੇ ਵਿੱਚ ਦੇ ਆਇਆ ਉਹ ਉਹਨਾਂ ਨੂੰ ਗੇਟ ਦੇ ਉੱਤੇ? ਹਾਂ, ਅਤੇ ਤਾਂ ਹੀ ਡਿੱਗਿਆ ਪਿਆ ਮੈਨੂੰ ਲੱਗਦਾ ਝੇਰ ਮੰਜੀ ਦੇ ਵਿੱਚ। ਇਹ 500 ਰੁਪਈਆ ਉਹਨਾਂ ਨੇ ਤੇਰੇ ਤੋਂ ਲੈ ਲਿਆ। ਲਓ ਜੀ ਆਹ ਵੇਖ ਲਓ ਇਹ ਮੰਡੀ ਦੇ ਵਿੱਚ। ਅੱਛਾ, ਆ ਮੰਡੀ ਦੇ ਵਿੱਚ ਵੜਨ ਦਾ। ਹਾਂ ਨਹੀਂ ਨਹੀਂ ਮੇਰੀ ਗੱਲ ਲਓ ਜੀ, ਇਹ 500 ਰੁਪਈਆ ਦੇ ਕੇ ਆਇਆ। ਅੱਲਾ ਦਿੱਤਾ ਦੱਸਦਾ ਪਿਆ ਕਿ ਇਹ ਮੰਡੀ ਦੇ ਵਿੱਚ ਆਹ ਬੰਦਾ ਜਿਹੜਾ ਮੰਜੀ ਦੇ ਵਿੱਚ ਬਹਿੰਦਾ ਪਿਆ ਜੇ, ਇਹਦਾ ਨਾਂ ਜੇ ਅੱਲਾ ਦਿੱਤਾ, ਅਤੇ ਅੱਲਾ ਦਿੱਤਾ ਇਹ ਖੱਚਰ ਲੈ ਕੇ ਆਇਆ, ਦਪਾਲਪੁਰ ਦਾ ਰਹਿਸ਼ੀ ਹੈ। ਅਤੇ ਇਹ ਦੱਸਦਾ ਪਿਆ ਕਿ ਮੰਜੀ ਦੇ ਵਿੱਚ ਆਹ ਬੈਠੇ ਹਾਂ, ਅਤੇ ਆਹ ਦੱਸਦਾ ਪਿਆ ਕਿ ਪਾਣੀ ਦੀ ਬਾਲਟੀ ਵੀ ਲਈ ਇਹਨਾਂ 'ਤੇ 100 ਰੁਪਈਆ ਦੇਈਦਾ। ਅਤੇ ਇਹ ਦੁਬਾਰਾ ਵਾਇਸ ਓਵਰ ਵੀਡੀਓ ਦੀ ਦਿੱਤੀ ਗਈ ਹੈ, ਕਿਉਂਕਿ ਪਹਿਲੀ ਵਾਇਸ ਓਵਰ ਦਰਾ ਇਹਦੀ ਖਰਾਬ ਹੋ ਗਈ ਸੀ। ਅਤੇ ਇਹ ਬੰਦਾ ਜਿਹੜਾ ਮੰਜੀ ਦੇ ਵਿੱਚ ਬੈਠਾ ਜੇ, ਇਹਦਾ ਨਾਂ ਜੇ ਅੱਲਾ ਦਿੱਤਾ, ਅਤੇ ਅੱਲਾ ਦਿੱਤਾ ਦੱਸਦਾ ਪਿਆ ਕਿ 500 ਰੁਪਈਆ ਮੰਜੀ ਦਾ ਅਸੀਂ ਜਿਹੜਾ ਉਹ ਦੇਈਦਾ ਸਰਕਾਰੀ ਤੌਰ ਦੇ ਉੱਤੇ, ਕਿਉਂਕਿ ਇਹਦਾ ਜਿਹੜਾ ਹੈਗਾ ਨਾ, ਇਹ ਵੇਖੋ ਜਿੱਥੇ ਛੱਤ ਵੀ ਜਿੱਥੇ ਯਾਨੀ ਜਾਨਵਰ ਵੇਚਦੇ ਨੇ ਉਹ ਛੱਤ ਦੀ ਹਾਲਤ ਵੀ ਤੁਸੀਂ ਵੇਖੋ, ਖਸਤਾ ਹਾਲ ਹੈ। ਅਤੇ ਮੈਂ ਵੀਡੀਓ ਬਣਾਉਣ ਗਿਆ ਤਾਂ ਸਾਰੇ ਜਣੇ ਮੇਰੇ ਉਦਾਲੇ ਹੋ ਗਏ। ਉਹਨਾਂ ਕਿਹਾ ਬਾਬੇ ਸਾਡੀ ਤਾਂ ਪਹਿਲਾਂ ਵੀਡੀਓ ਬਣਾਓ, ਅਸੀਂ ਤਾਂ ਮਰਨ ਵਾਲੇ ਹੋਏ ਪਏ। ਇਹ ਜਿਹੜਾ 500 ਰੁਪਈਆ ਵੀ ਲੈ ਲੈਂਦੇ ਨੇ, ਡੰਗਰ ਵਿਕੇ ਜਾਂ ਨਾ ਵਿਕੇ, 2000 ਦਾ ਖੋਤਾ ਹੋਵੇ 500 ਇਹਨਾਂ ਨੇ ਲੈ ਲੈਣਾ, ਅਤੇ ਅਸੀਂ ਤਾਂ ਮਾਰੇਗਾ ਥਾਂ 'ਤੇ। ਅਤੇ ਉਹ ਫਿਰ ਇਸ ਵਾਸਤੇ ਜਿਹੜਾ ਨਾ ਉਹ ਵੀਡੀਓ ਵਗੈਰਾ ਦੇ ਵਿੱਚ ਬਣਾਈ ਤਾਂ ਸਾਰੀ ਇਹਨਾਂ ਦੀ ਗੱਲਬਾਤ ਦੱਸੀਏ, ਕਿਉਂਕਿ ਜੇ ਕਿਸੇ ਅਫਸਰਾਨ ਨੂੰ ਪਤਾ ਲੱਗ ਜਾਵੇ ਤਾਂ ਚਲੋ ਇਹਨਾਂ ਦੀ ਕੋਈ ਹੈਲਪ ਹੋ ਜਾਵੇ। ਅਤੇ ਜਨਾਬ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ। ਅੱਲਾ ਦਿੱਤਾ ਆ ਸਾਹਮਣੇ ਖਲੋਤਾ ਜੇ, ਇਹ ਵੀ ਵਪਾਰੀ ਹੈ, ਨਾਲ ਜਿੰਨੇ ਖੜੇ ਨੇ ਇਹ ਸਾਰੇ ਵਪਾਰੀ ਹਨ। ਅਤੇ ਅੱਲਾ ਦਿੱਤਾ ਇੱਕ ਖੱਚਰ ਲੈ ਕੇ ਆਇਆ, ਉਹ ਖੱਚਰ ਮੈਂ ਤੁਹਾਨੂੰ ਵਿਖਾਉਣਾ। ਅੱਲਾ ਦਿੱਤਾ ਵਪਾਰੀ ਦਪਾਲਪੁਰ ਦਾ, ਇਹ ਮੈਂ ਪਿੱਛੋਂ ਆਵਾਜ਼ ਮਾਰੀ ਸੀ, ਆ ਗੱਡੀ ਜਿਹੜੀ ਪਿੱਛੇ ਸ਼ਾਹਜ਼ੋਡਾ ਲਾ ਖੜਾ, ਇਹਦੇ ਥੱਲੇ ਕੁੱਤੇ ਦਾ ਬੱਚਾ ਆਉਣ ਲੱਗਿਆ ਸੀ, ਗੱਡੀ ਪਿਛਾਂ ਕਰਨ ਲੱਗਿਆ ਸੀ। ਮੈਂ ਫਿਰ ਆਵਾਜ਼ ਮਾਰੀ, ਮੈਂ ਕਿਹਾ ਯਾਰ ਉਹ ਪਰਾ ਕਰ ਲਓ, ਕਿਧਰੇ ਕੁੱਤੇ ਦਾ ਬੱਚਾ ਥੱਲੇ ਨਾ ਦੇ ਦਿਆ ਜੇ। ਉਹ ਮਰਨ ਲੱਗਿਆ ਸੀ ਅਤੇ ਫਿਰ ਉਹ ਬੰਦਿਆਂ ਨੇ ਭਜਾ ਦਿੱਤਾ ਗੱਡੀ ਦੇ ਸਾਹਮਣੇ, ਉਹ ਨਿੱਕਾ ਜਿਹਾ ਭਜਾ ਜਾਂਦਾ ਪਰਾਂ। ਅਤੇ ਲਓ ਜਨਾਬ ਇਹ ਵੀਡੀਓ ਬਣਾਈ ਸੀ ਜਿਹਦੀ ਵਾਇਸ ਓਵਰ ਤੁਹਾਨੂੰ ਮੈਂ ਦੇ ਦਿੱਤੀ ਹੈ। ਅਤੇ ਇਹ ਖੱਚਰ ਹੈਗੀ ਜੇ, ਇਹ ਤਕਰੀਬਨ ਕੋਈ 3-4 ਮਹੀਨੇ ਦੀ ਇਹ ਖੱਚਰ ਹੈਗੀ ਹੈ, 3 ਮਹੀਨੇ ਦੀ ਇਹ ਖੱਚਰ ਹੈ। ਅਤੇ ਇਹਦਾ ਅੱਲਾ ਦਿੱਤਾ ਇਹਦਾ ਨਾਂ ਜੇ, 80,000 ਰੁਪਈਏ ਦੀ ਖੱਚਰ ਹੈ। ਅਤੇ ਹੱਥ ਪੈਰ ਇਹਦੇ ਖੱਚਰ ਦੇ ਸਾਫ਼ ਹੈਗੇ ਨੇ, ਅਤੇ ਮਾਸ਼ਾਅੱਲਾ ਜਾਨਵਰ ਬਹੁਤ ਅੱਛੇ ਨੇ। ਅਗਰ ਤੁਸੀਂ ਮੰਡੀ ਦਾ ਤਾਂਦਲਾ ਮੰਡੀ ਦਾ ਵਿਜ਼ਿਟ ਕਰਨਾ ਚਾਹੋ ਤਾਂ ਕਰ ਸਕਦੇ ਜੇ, ਅਤੇ ਜੇ ਅਗਰ ਤੁਸੀਂ ਸਾਡੀ ਵੀਡੀਓ ਦੇ ਦਰਮਿਆਨ ਇਹ ਜਾਨਵਰ ਲੈਣਾ ਚਾਹੋ ਤਾਂ ਇਹ ਵੀ ਤੁਸੀਂ ਲੈ ਸਕਦੇ ਜੇ। ਅਤੇ ਫੋਨ ਨੰਬਰ ਜਿਹੜਾ ਜਨਾਬ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ, ਅਤੇ ਫੋਨ ਨੰਬਰ ਉਹ ਤੁਸੀਂ ਲੈ ਲਵੋ। ਦਪਾਲਪੁਰ ਦਾ ਇਹ ਬੰਦਾ ਹੈਗਾ ਜੇ, ਖੱਚਰ ਜੇਕਰ ਤੁਸੀਂ ਵੇਖੋਗੇ ਤਾਂ ਮਾਸ਼ਾਅੱਲਾ ਹੱਥ ਪੈਰ ਸਾਫ਼ ਨੇ। ਤਕਰੀਬਨ ਅੱਜ ਕੱਲ੍ਹ ਕਿ ਖੱਚਰ ਜਿਹੜੇ ਵੀ ਮੰਡੀ ਦੇ ਵਿੱਚ ਤਾਂਦਲਾ ਮੰਡੀ ਦੇ ਵਿੱਚ ਆਉਂਦੇ ਨੇ, ਉਹਦੇ ਹੱਥ ਪੈਰ ਸਾਰਿਆਂ ਦੇ ਸਹੀ ਹੁੰਦੇ ਨੇ, ਸਾਫ਼ ਹੀ ਹੁੰਦੇ ਨੇ। ਅਤੇ ਨੰਬਰ ਇਹਦਾ ਲੈ ਲਓ, ਇਹ ਅੱਲਾ ਦਿੱਤਾ ਜੇ ਦਪਾਲਪੁਰ ਦਾ, 0305-7142-724। ਦੁਬਾਰਾ ਫਿਰ ਇਹਦਾ ਫੋਨ ਨੰਬਰ ਮੈਂ ਤੁਹਾਨੂੰ ਲਿਖਾਉਂਦਾ ਪਿਆ, ਜਿਹੜੇ ਖੱਚਰ ਦੇ ਸ਼ੌਕੀਨ ਨੇ, 0305-7142-724 ਇਹਦਾ ਫੋਨ ਨੰਬਰ ਜੇ। ਅਤੇ ਇਹ ਦਪਾਲਪੁਰ ਦਾ ਇਹ ਬੰਦਾ ਜੇ, ਅੱਲਾ ਦਿੱਤਾ ਇਹਦਾ ਨਾਂ ਜੇ, ਇਹ ਖੱਚਰਾਂ ਦਾ ਕੰਮ ਕਰਦਾ, ਅਤੇ ਖੱਚਰ ਵਗੈਰਾ ਜਿਹੜੇ ਹੈਗੇ ਨੇ ਇਹਦੇ ਕੋਲ ਉਹ ਮੰਡੀ ਲੈ ਕੇ ਆਉਂਦਾ। ਇਸ ਤੋਂ ਬਾਅਦ ਇਹ ਬੰਦਾ ਜਿਹੜਾ ਬੋਸਕੀ ਰੰਗ ਦੀ ਇਹਦੇ ਕੋਲ ਖੱਚਰ ਹੈ, ਕੱਦ ਵਾਲੀ ਸਾਫ਼ ਸੁਥਰੀ ਖੱਚਰ ਹੈਗੀ, ਹੱਥ ਪੈਰ ਸਾਹਮਣੇ। ਨਾਂ ਇਹਦਾ ਜੀ ਬੰਦੇ ਦਾ ਮੁਹੰਮਦ ਸ਼ਰੀਫ, ਮੁਹੰਮਦ ਸ਼ਰੀਫ। ਹੁਣ ਇਹਨੂੰ ਥੋੜ੍ਹੀ ਜਿਹੀ ਖੱਚਰ ਨੂੰ ਅੱਗੇ ਟੋਰ ਕੇ ਵਿਖਾਵੇਗਾ। ਇਹ ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਟੋਰ ਕੇ ਹੁਣ ਵਿਖਾਏ ਤਾਂ ਖੱਚਰ ਨੂੰ, ਇਹ ਟੋਰ ਕੇ ਹੁਣ ਇਹ ਵਿਖਾਈ ਜਾਂਦਾ। ਇਹ ਵੇਖੋ, ਕਿਉਂਕਿ ਬਾਅਦ ਔਕਾਤ ਐਸਾ ਹੁੰਦਾ ਕਿ ਖੱਚਰ ਟੁਰ ਵੀ ਪੈਂਦੀਆਂ ਨੇ, ਮਗਰ ਉਹ ਟੁਰਨ ਦੇ ਵਿੱਚ ਹੀ ਸਹੀ ਨਹੀਂ ਹੁੰਦੀਆਂ। ਇਹਦਾ ਨਾਂ ਜਨਾਬ ਹੈਗਾ ਜੇ ਮੁਹੰਮਦ ਸ਼ਰੀਫ, ਅਰ ਵਾਲੇ ਦਾ ਹੈ। 93,000 ਰੁਪਈਆ ਮੰਗਦਾ, ਪਰ ਉਹ ਮੰਗਦਾ ਇਹ ਵੀ ਤਕਰੀਬਨ 65-70 ਤੀਕਰ ਇਹ ਖੱਚਰ ਦੇ ਦੇਗਾ। ਅਤੇ ਇਹ ਅਰਫ ਸ਼ਹਿਰ ਦੇ ਵਿੱਚ ਇਹ ਰਹਿੰਦਾ। ਇਹਦਾ ਫੋਨ ਨੰਬਰ ਵੀ ਮੈਂ ਤੁਹਾਨੂੰ ਸ਼ੇਅਰ ਕਰਨਾ। ਹੱਥ ਪੈਰ ਦੀ ਇਹ ਵੀ ਖੱਚਰ ਸਹੀ ਹੈ, ਹਾਈਟ ਕਰਨ ਵਾਲੀ ਖੱਚਰ ਹੈ, ਅੱਛੀ ਖੱਚਰ ਹੈਗੀ ਹੈ। ਔਰ ਖੱਚਰ ਜ਼ਿਆਦਾਤਰ ਲੋਕ ਤਾਂ ਲੈਂਦੇ ਨੇ ਕਿ ਬੰਦੇ ਆਪ ਹੀ ਇਹਦੀ ਅਫਜ਼ਾਇਸ਼ ਕਰਕੇ
ਵੱਡੀਆਂ ਖਚਰਾਂ ਲੈਂਦੇ ਨੇ, ਹੋ ਸਕਦਾ ਉਹਨਾਂ ਵਿੱਚ ਕੋਈ ਫਾਲਟ ਆ ਜਾਵੇ, ਫਿਕਟ ਪੈ ਜਾਵੇ, ਇਹ ਤਾਂ ਪਰ ਬੱਚੇ ਲੈ ਲੈਂਦੇ ਨੇ ਕਿ ਚਲੋ ਸਾਲ ਮਿਹਨਤ ਕਰ ਲਈਏ, ਉਸ ਤੋਂ ਬਾਅਦ ਇਹ ਸਹੀ ਹੈ। ਅਤੇ ਨੰਬਰ ਜ਼ਰਾ ਸ਼ੇਅਰ ਕਰ ਲਓ 0301-30-91-284। ਮੁਹੰਮਦ ਸ਼ਰੀਫ ਇਹਦਾ ਨਾਂ ਜੇ 0301-30-91-284। ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਜੇ, ਚੈਨਲ ਨੂੰ ਸਬਸਕ੍ਰਾਈਬ।